ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੁਲਿਸ ਜਿਹੜੀ ਹੈ ਉਹ ਬੜੀ ਮੁਸ਼ਤੈਦ ਆਪਣੇ ਕੰਮਾਂ ਨੂੰ ਲੈ ਕੇ, ਆਪਣੀ ਡਿਊਟੀ ਨੂੰ ਲੈ ਕੇ। ਅੱਜ ਆਪਾਂ ਪਹੁੰਚੇ ਹਾਂ ਦੀਨਨਗਰ ਥਾਣਾ ਚੌਂਕ, ਲਾਈਟਾਂ ਵਾਲਾ ਚੌਂਕ ਜਿਹਨੂੰ ਕਹਿੰਦੇ ਆ। ਇੱਥੇ ਅੱਜ ਬਹੁਤ ਵੱਡਾ ਇੱਕ ਨਾਕਾ ਲੱਗਿਆ ਤਾਂ ਸਾਡਾ ਦਿਲ ਕੀਤਾ ਕਿ ਅੱਜ ਇਹ ਖਬਰ ਕਰਕੇ ਲੋਕਾਂ ਨੂੰ ਦਿਖਾਈ ਜਾਏ, ਜਨਤਾ ਨੂੰ ਦਿਖਾਈ ਜਾਏ, ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਜਿਹੜੇ ਲੋਕ ਬਿਨਾਂ ਹੈਲਮਟ ਤੋਂ ਜਾਂ ਬਿਨਾਂ ਡਾਕੂਮੈਂਟ ਤੋਂ ਆਪਣੇ ਜਿਹੜੇ ਆ ਵਾਹਨ ਚਲਾਉਂਦੇ ਨੇ, ਉਹਨਾਂ ਨੂੰ ਥੋੜ੍ਹਾ ਜਾਗਰੂਕ ਕੀਤਾ ਜਾ ਸਕੇ। ਅਸੀਂ ਪਹੁੰਚੇ ਹਾਂ ਥਾਣਾ ਚੌਂਕ ਦੇ ਵਿੱਚ, ਜਿੱਥੇ ਕਿ SHO ਜਗਵਿੰਦਰ ਸਿੰਘ ਜੀ ਜਿਹੜੇ ਅੱਜ ਪੂਰੀ ਟੀਮ ਨਾਲ ਗੱਡੀਆਂ ਦੀ ਚੈਕਿੰਗ ਕਰਦੇ ਦੇਖੇ ਜਾ ਰਹੇ ਨੇ, ਨਾਲ ਪੂਰੀ ਟ੍ਰੈਫਿਕ ਪੁਲਿਸ ਜਿਹੜੀ ਉਹਨਾਂ ਨਾਲ ਮੁਸਤੈਦ ਹੈ, ਪੂਰੇ ਅੱਜ ਗੱਡੀਆਂ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਉਹ ਇੱਥੇ ਉਹਨਾਂ ਕੋਲ ਜਾਣਾਂਗੇ ਕਿ ਅਸੀਂ ਕਿ ਉਹ ਕਿਹੜੀ ਕਿਹੜੀਆਂ ਚੀਜ਼ਾਂ ਨੂੰ ਚੈੱਕ ਕਰ ਰਹੇ ਆ, ਔਰ ਕਿਹੜੇ ਕਿਹੜੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਆ, ਉਹਨਾਂ ਕੋਲ ਜਾਣਨ ਦਾ ਪ੍ਰਯਾਸ ਕਰਦੇ ਹਾਂ। ਸਰ ਦੇਖਣ ਜਾ ਰਿਹਾ ਕਿ ਅੱਜ ਤੁਹਾਡੇ ਵੱਲੋਂ ਕਾਫੀ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ, ਸਾਡੇ ਮੀਡੀਆ ਵੱਲੋਂ ਅੱਜ ਇੱਕ ਗੁਪਤ ਕੈਮਰਾ ਲਗਾ ਕੇ ਵੀ ਤੁਹਾਨੂੰ ਦੇਖਿਆ ਜਾ ਰਿਹਾ ਸੀ ਕਿ ਕਿੱਦਾਂ ਮੁਸਤੈਦੀ ਨਾਲ ਤੁਸੀਂ ਡਿਊਟੀ ਦੇ ਰਹੇ ਹੋ। ਸਰ ਕਿਹੜੇ ਕਿਹੜੇ ਲੋਕਾਂ ਦੇ ਅੱਜ ਚਲਾਨ ਕੱਟੇ ਜਾ ਰਹੇ ਤੁਹਾਡੇ ਵੱਲ? ਜਿਹਨਾਂ ਕੋਈ ਡਾਕੂਮੈਂਟ ਨਹੀਂ, ਵਿਦਆਊਟ ਨੰਬਰ ਪਲੇਟ ਨੇ, ਇਹਨਾਂ ਦੇ ਕੀਤੇ ਜਾ ਰਹੇ ਨੇ, 26 ਵਿਅਕਤੀਆਂ ਨੂੰ ਚੈੱਕ ਕੀਤਾ ਜਾ ਰਿਹਾ ਵਾ, ਤਾਂ ਕੋਈ ਸ਼ਹਿਰ ਦੇ ਵਿੱਚ ਕੋਈ ਗੁੰਡਾਗਰਦੀ ਨਾ ਕਰ ਸਕੇ, ਅਤੇ ਜਿਹੜੇ ਬਿਨਾਂ ਅਵਾਰਾ ਤੁਰੇ ਫਿਰਦੇ ਨੇ ਨੰਬਰਾਂ ਤੋਂ, ਉਹਨਾਂ ਨੂੰ ਨੱਥ ਪਾਈ ਜਾ ਸਕੇ। ਦੇਖਣ ਸਰ ਆਉਂਦਾ ਕਿ ਕੁੜੀਆਂ ਦਾ ਕਾਲਜ ਜਾਂ ਕੁੜੀਆਂ ਸਕੂਲਾਂ ਅੱਗੇ ਵੀ ਦੁਪਹਿਰ ਜੋ ਛੁੱਟੀ ਹੁੰਦੀ ਹੈ, ਤਾਂ ਕਾਫੀ ਜਿਹੜੇ ਲੋਕ ਨੇ, ਨੌਜਵਾਨ ਲੋਕ ਜਿਹੜੇ ਨੇ, ਉਹ ਟ੍ਰਿਪਲ ਸਵਾਰੀ ਨਾਲ ਕਾਫੀ ਜਿਹੜੇ ਉਹ ਮਤਲਬ ਕਿ ਪਟਾਕੇ ਮਾਰ ਮਾਰ ਕੇ ਕੁੜੀਆਂ ਨੂੰ ਵੀ ਪਰੇਸ਼ਾਨ ਕਰਦੇ, ਉਹਦੇ ਵੱਲੋਂ ਤੁਹਾਡੇ ਕੀ ਉਪਰਾਲੇ ਕੀਤੇ ਜਾ ਰਹੇ ਜੀ? ਇਹ SSP ਸਾਹਿਬ ਦੇ ਹੁਕਮ ਮੁਤਾਬਕ ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਆ, ਇਹਨਾਂ ਦੇ ਖਿਲਾਫ਼ ਕਾਫੀ ਚਲਾਨ ਕੀਤੇ ਜ ਗਏ ਨੇ। ਜਿਹੜੇ ਵੀ ਸਰ ਗੱਡੀਆਂ ਬਾਉਂਡ ਜਾਂ ਕੋਈ ਮੋਟਰਸਾਈਕਲ ਵਗੈਰਾ ਬਾਉਂਡ ਕੀਤੇ ਹੋਣ? ਹੁਣ ਤੱਕ 42 ਚਲਾਨ ਕੀਤੇ ਨੇ, 8 ਜਿਹੜੇ ਨੇ ਮੋਟਰਸਾਈਕਲ ਬਾਉਂਡ ਕੀਤੇ ਨੇ। ਅੱਛਾ ਜੀ, ਇਹ ਸਰ ਮਹਿਮ ਜਿਹੜੀ ਤੁਹਾਡੀ ਅੱਗੇ ਲਗਾਤਾਰ ਜਾਰੀ ਰਹੇਗੀ? ਇਹ ਲਗਾਤਾਰ ਜਾਰੀ ਰਹੇਗੀ। ਜਿਹੜੇ ਸਰ ਬੁਲਟਾਂ ਦੇ ਪਟਾਕੇ ਮਾਰਦੇ, ਉਹਦੇ ਤੁਸੀਂ ਕੋਈ ਇਹਦਾ ਕੀ ਕਾਰਵਾਈ ਕੀਤੀ ਹੈ ਜੀ? ਉਹਨਾਂ ਦੇ ਵਿੱਚ ਜਿਹੜਾ ਵੀ ਸਾਡੇ ਕੋਲ ਆ ਜਾਂਦਾ ਵਾ, ਉਹਦੇ ਮੋਟਰਸਾਈਕਲ ਨੂੰ ਅਸੀਂ ਬਾਉਂਡ ਕਰਦੇ ਹਾਂ, ਬਾਉਂਡ ਕਰਕੇ ਉਹਨੂੰ ਜਿਹੜਾ ਉਹਦਾ ਚਲਾਨ ARTO ਦਫ਼ਤਰ ਭੇਜਿਆ ਜਾਂਦਾ ਵਾ। ਨਾਬਾਲਗ ਬੱਚਿਆਂ ਵਾਸਤੇ ਕੀ ਕਾਰਵਾਈ ਕੀਤੀ ਜਾ ਰਹੀ? ਨਾਬਾਲਗ ਵਾਸਤੇ ਜੇ ਕੋਈ ਆਉਂਦਾ ਵਾ ਨਾਬਾਲਗ ਦੇ ਪੇਰੈਂਟਸ ਨੂੰ, ਪਹਿਲਾਂ ਤਾਂ ਉਹਨਾਂ ਨੂੰ ਇੱਕ ਦਫ਼ਾ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਤੁਸੀਂ ਇਹ ਆਪਣੇ ਬੱਚਿਆਂ ਨੂੰ ਵਹੀਕਲ ਨਾ ਦਿਓ, ਜੇਕਰ ਦੁਬਾਰਾ ਤੁਸੀਂ ਵਹੀਕਲ ਦਿੱਤਾ ਤਾਂ ਕਾਰਵਾਈ ਤੁਹਾਡੇ ਖਿਲਾਫ਼ ਕੀਤੀ ਜਾਏਗੀ। ਇਹ ਸਨ ਸਾਡੇ ਨਾਲ SHO ਦੀਨਾਨਗਰ ਜਗਵਿੰਦਰ ਸਿੰਘ ਜੀ, ਜਿਹਨਾਂ ਦੱਸਿਆ ਕਿ ਜਿਹੜੇ ਵੀ ਅਧੂਰੇ ਕਾਗਜ਼ ਵਾਹਨ ਪਾਏ ਜਾਂਦੇ ਆ, ਉਹਨਾਂ ਨੂੰ ਬਕਾਇਦਾ ਉਹਦੇ ਚਲਾਨ ਕੱਟ ਕੇ ਉਹਨਾਂ ਨੂੰ ਬਾਉਂਡ ਕਰਕੇ ਉਹਨਾਂ ਨੂੰ ਥਾਣੇ ਵਿੱਚ ਬੰਦ ਕੀਤਾ ਜਾਂਦਾ, ਔਰ ਜਿਹੜੇ ਨਾਬਾਲਗ ਬੱਚੇ ਨੇ ਉਹਨਾਂ ਨੂੰ ਜਿਹੜੀ ਵਾਰਨਿੰਗ ਦੇ ਕੇ ਛੱਡਿਆ ਜਾਂਦਾ। ਤੁਹਾਨੂੰ ਦਿਖਾ ਦਈਏ ਇੱਕ ਵਾਰ ਕਿ ਪੁਲਿਸ ਵੱਲੋਂ ਦੇਖੋਗੇ ਥਾਣੇ ਚੌਂਕ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਵੱਡੀਆਂ ਲਾਈਨਾਂ ਲਗਾ ਕੇ ਅੱਜ ਚੈਕਿੰਗ ਕੀਤੀ ਜਾ ਰਹੀ ਹੈ, ਬੜਾ ਵੱਡਾ ਨਾਕਾ ਦੇਖਣ ਨੂੰ ਆ ਰਿਹਾ। ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਾਂਗੇ, ਜਿਹੜੇ ਲੋਕ ਬਿਨਾਂ ਡਾਕੂਮੈਂਟ ਤੋਂ, ਬਿਨਾਂ ਅਧੂਰੇ ਕਾਗਜ਼ਾਂ ਤੋਂ, ਬਿਨਾਂ ਹੈਲਮਟ ਤੋਂ ਵਾਹਨ ਚਲਾਉਂਦੇ ਨੇ, ਉਹਨਾਂ ਨੂੰ ਵੀ ਜਿਹੜਾ ਉਹ ਇਹ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਉਹ ਕੋਈ ਵੀ ਜਿਹੜੇ ਬਿਨਾਂ ਕਾਗਜ਼ਾਂ ਤੋਂ ਜਿਹੜੇ ਵਾਹਨ ਆਪਣੇ ਨਾ ਚਲਾਉਣ। ਤੁਸੀਂ ਦੇਖ ਸਕਦੇ ਹੋ ਕਿ ਅੱਜ ਪੁਲਿਸ ਵੱਲੋਂ ਬਕਾਇਦਾ ਚੈਕਿੰਗ ਕੀਤੀ ਜਾ ਰਹੀ ਹੈ, ਅਧੂਰੇ ਕਾਗਜ਼ਾਂ ਵਾਲੇ ਜਿਹੜੇ ਵਾਹਨ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ। ਕੈਮਰਾਮੈਨ ਵਿੱਟੂ ਦੇ ਨਾਲ ਡਾਕਟਰ ਰਮੇਸ਼ ਸਰੰਗਲ, ਪੰਜਾਬ ਨਿਊਜ਼, ਦੀਨਾਨਗਰ।